ਰੋਹਨਪ੍ਰੀਤ ਵਾਪਸ ਆਪਣੇ ਘਰ ਪਹੁੰਚ ਚੁੱਕੇ ਨੇ ਜਿੱਥੇ ਕਿ ਉਹਨਾਂ ਦੇ ਪਰਿਵਾਰ ਉਹਨਾਂ ਦੇ ਦੋਸਤਾਂ ਵੱਲੋਂ ਸ਼ਾਨਦਾਰ ਉਹਨਾਂ ਦਾ ਸਵਾਗਤ ਕੀਤਾ ਗਿਆ। ਰੋਹਨਪ੍ਰੀਤ ਵੀ ਇਸ ਸਮੇਂ ਸਾਡੇ ਨਾਲ ਨੇ ਲਾਈਵ ਤੇ, ਜਿਹੜੇ ਹੈਗਾ ਕਿ ਡੇਲੀ ਪੋਸਟ ਲਾਈਵ ਤੇ ਜਰੀਏ ਅਸੀਂ ਅੱਜ ਤੁਹਾਨੂੰ ਰੋਹਨਪ੍ਰੀਤ ਦੇ ਅਸੀਂ ਘਰ ਪਹੁੰਚੇ ਤੇ ਰੋਹਨਪ੍ਰੀਤ ਦੇ ਨਾਲ ਜਿਹੜੀ ਸਿੱਧੀ ਗੱਲਬਾਤ ਹੈ ਉਹ ਤੁਹਾਡੇ ਨਾਲ ਕਰਾਉਣ ਜਾ ਰਹੇ ਹਾਂ। ਸੋ ਇਸ ਤੋਂ ਜ਼ਿਆਦਾ ਕਿ ਹੋਰ ਸਮਾਂ ਨਾ ਗਵਾਉਂਦੇ ਹੋਏ ਅਸੀਂ ਸਿੱਧਾ ਰੋਹਨਪ੍ਰੀਤ ਦੇ ਕੋਲ ਚੱਲਦੇ ਹਾਂ। ਰੋਹਨਪ੍ਰੀਤ, ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ, ਬਹੁਤ ਬਹੁਤ ਵਧਾਈਆਂ, ਤੁਸੀਂ ਇੰਨੇ ਵੱਡਾ ਮੁਕਾਮ ਹਾਸਲ ਕੀਤਾ। ਕਿਸ ਤਰ੍ਹਾਂ ਦੀ ਫੀਲਿੰਗ ਹੈਗੀ ਆ, ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਵੀ ਜਿਹੜੇ ਹੈਗੇ ਇੱਦਾਂ ਦੇ ਕੰਪੀਟੀਸ਼ਨ ਲੜਦੇ ਰਹੇ ਹੋ, ਇਹ ਕੰਪੀਟੀਸ਼ਨ ਕੀ ਵੱਖਰਾ ਸੀ ਤੁਹਾਡੇ? ਜੀ ਐਕਚੁਲੀ ਮੈਂ ਪਹਿਲਾਂ ਵੀ ਇਹ ਤੋਂ ਪਹਿਲਾਂ ਜਦੋਂ ਮੈਂ ਬਹੁਤ 12 ਸਾਲ ਦਾ ਸੀਗਾ ਉਦੋਂ ਮੈਂ ਸਾਰੇ ਕੰਮ ਪਾਲਿਟਿਕਸ ਚੈਂਪਸ ਕੀਤਾ ਸੀ, ਉਦੋਂ ਆਪਣਾ ਫਸਟ ਮੈਂ ਸੀਗਾ। ਪਰ ਉਹ ਇੱਕ ਰਿਕਾਰਡਿਡ ਸ਼ੋਅ ਹੁੰਦਾ ਸੀਗਾ, ਜਿਹੜਾ ਆਹ ਸ਼ੋਅ ਸੀਗਾ ਰਾਈਜ਼ਿੰਗ ਸਟਾਰ, ਆਹ ਸਾਰਾ ਲਾਈਵ ਸ਼ੋਅ ਸੀਗਾ। ਮਤਲਬ ਜੋ ਕੁਛ ਹੋ ਗਿਆ ਉਹ ਹੋ ਗਿਆ। ਜਿੱਦਾਂ ਤੁਸੀਂ ਉਸਦਾ ਜਿਹੜਾ ਬੇਟਾ ਸ਼ੁਰੂ ਤੋਂ ਹੀ ਜਿਸਨੂੰ ਸੰਗੀਤ ਦੀ ਜੋ ਸੰਗੀਤ ਦੁਨੀਆ ਦੇ ਵਿੱਚ ਡੁੱਬਿਆ ਹੋਵੇ ਅਤੇ ਇਸ ਜਦੋਂ ਚੜ੍ਹਦੀ ਜਵਾਨੀ ਹੈ ਉਸਦੇ ਵਿੱਚ ਆ ਕੇ ਇੰਨਾ ਵੱਡਾ ਮੁਕਾਮ ਹਾਸਲ ਕਰੇ। ਰੋਹਨਪ੍ਰੀਤ ਹਾਲੇ ਵੀ ਸਾਡੇ ਨਾਲ ਹੀ ਨੇ ਅਤੇ ਰੋਹਨਪ੍ਰੀਤ ਤੁਸੀਂ ਇੰਨਾ ਵੱਡਾ ਮੁਕਾਮ ਤਾਂ ਹਾਸਲ ਕਰ ਹੀ ਲਿਆ ਅਤੇ ਹੁਣ ਅੱਗੇ ਫਿਊਚਰ ਪਲੈਨਿੰਗ ਤੁਹਾਡੀ ਕੀ ਹੈ? ਜੀ ਭਾਜੀ, ਮੇਰਾ ਫਿਊਚਰਸ ਮੇਰਾ ਹੁਣ ਬਹੁਤ ਹੀ ਜਲਦੀ ਮੇਰਾ ਗਾਣਾ ਆ ਰਿਹਾ, ਗਾਣੇ ਦਾ ਨਾਮ ਹੈ ਤਕਲੀਫ। ਸੁਣਾਓਗੇ ਸਾਨੂੰ? ਮੈਂ